ਕਿਸੇ ਵੀ ਥਾਂ ਤੇ ਦੇਖ ਸਕਦੇ ਹੋ ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ ਜਿਸਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ ਵੀਡੀਓਜ਼ ਕੈਚਅਪ ਟੀਵੀ ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਧਿਆ ਦਾ ਵੀ ਆਨੰਦ ਮਾਣ ਸਕਦੇ ਹੋ ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ ਬਹੁਤ ਹੀ ਸਤਿਕਾਰ ਨਾਲ ਬੈਠੇ ਆ ਮੇਰੀਆਂ ਬਹੁਤ ਹੀ ਸਨਮਾਨਯੋਗ ਸ਼ਖਸੀਅਤਾਂ ਪੰਥਕ ਜਥੇਬੰਦੀਆਂ ਅਤੇ ਹੋਰ ਜੋ ਮੇਰੇ ਭੈਣ ਭਰਾ ਅੱਜ ਇੱਥੇ ਹਾਜ਼ਰ ਹੋਏ ਆ ਸਭ ਨਾਲ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਤਾਂ ਕਦੇ ਇਹ ਮਹਿਸੂਸ ਹੀ ਨਹੀਂ ਹੋਇਆ ਕਿ ਜਿੰਨੀਆਂ ਸਾਡੀਆਂ ਪੰਥਕ ਜਥੇਬੰਦੀਆਂ ਵੀ ਉਹਨਾਂ ਤੋਂ ਮੈਨੂੰ ਸਮਰਥਨ ਮੰਗਣਾ ਚਾਹੀਦਾ ਮੈਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਸਾਰੇ ਕੰਮ ਤਾਂ ਪੰਥ ਲਈ ਹੋ ਰਹੇ ਆ ਸਾਰੀਆਂ ਗੱਲਾਂ ਤਾਂ ਪੰਥ ਲਈ ਹੋ ਰਹੀਆਂ ਫਿਰ ਤਾਂ ਸਾਡਾ ਸਾਂਝਾ ਮੋਰਚਾ ਇਹ ਫਿਰ ਤਾਂ ਅਸੀਂ ਰਲ ਮਿਲ ਕੇ ਇਹ ਗੱਲਾਂ ਕਰਨੀਆਂ ਮੈਨੂੰ ਕਈ ਵਾਰੀ ਲੱਗਦਾ ਵੀ ਹੈ ਕਿ ਕਈਆਂ ਲੋਕਾਂ ਨੂੰ ਕਹਿਣਾ ਪੈਂਦਾ ਜਦੋਂ ਆਪਾਂ ਪੋਲੀਟੀਕਲ ਕੋਈ ਚੀਜ਼ ਕਰ ਰਹੀ ਹੋਈਏ ਸਿਆਸਤ ਦੀਆਂ ਗੱਲਾਂ ਕਰ ਰਹੀਆਂ ਹੋਈਏ ਅਤੇ ਆਪਾਂ ਨੂੰ ਹੱਥ ਵੀ ਬੰਨ੍ਹਣੇ ਪੈਂਦੇ ਆ ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਪੈਂਦੀਆਂ ਕਿਉਂਕਿ ਵੋਟਾਂ ਲਈ ਸਭ ਕੁਝ ਕਰਨਾ ਪੈਂਦਾ ਪਰ ਪਤਾ ਨਹੀਂ ਪਰਮਾਤਮਾ ਦੀ ਬਖਸ਼ਿਸ਼ ਹੈ ਮੈਨੂੰ ਇਹ ਕੁਝ ਵੀ ਕਰਨਾ ਨਹੀਂ ਪਿਆ ਕਿਉਂਕਿ ਮੈਂ ਤਨੋ ਮਨੋ ਇਹ ਸੋਚ ਕੇ ਚੱਲੀ ਸੀ ਕਿ ਇਹ ਲੜਾਈ ਜਿਹੜੀ ਮਨੁੱਖਤਾ ਦੀ ਲੜਾਈ ਹੈ ਇਹਦੇ ਵਿੱਚ ਕੁਝ ਵੀ ਪੋਲੀਟੀਕਲ ਨਹੀਂ ਹੈ ਬੇਸ਼ੱਕ ਮਾਰਿਆ ਸਾਨੂੰ ਪੋਲੀਟੀਕਲ ਲੋਕਾਂ ਨੇ ਹੈ ਪਰ ਮੈਂ ਜੋ ਸਰਦਾਰ ਜਸਵੰਤ ਸਿੰਘ ਦੀ ਸ਼ਹਾਦਤ ਹੋਈ ਹੈ ਉਹ ਵੀ ਪੋਲੀਟੀਕਲ ਨਹੀਂ ਹੋਈ ਉਹ ਵੀ ਪਰਮਾਤਮਾ ਦੀ ਮਰਜ਼ੀ ਦੇ ਨਾਲ ਔਰ ਇੱਕ ਅੰਦਰੋਂ ਇੱਛਾ ਸ਼ਕਤੀ ਦੇ ਨਾਲ ਮੈਨੂੰ ਲੱਗਦਾ ਹੈ ਕਿ ਜਦੋਂ ਉਹਨਾਂ ਨੇ ਸਾਲ ਕੁ ਪਹਿਲਾਂ ਇਹ ਗੱਲਾਂ ਕੀਤੀਆਂ ਸੀ ਤਾਂ ਉਹਨਾਂ ਨੇ ਬਿਲਕੁਲ ਸ਼ਹਾਦਤ ਦੇ ਨੇੜੇ ਹੋ ਕੇ ਸ਼ਹਾਦਤ ਦੀ ਬੁੱਕਲ ਵਿੱਚ ਬਹਿ ਕੇ ਇਹ ਗੱਲਾਂ ਕੀਤੀਆਂ ਸੀ ਕਿ ਸਾਨੂੰ ਜਿਹੜੀ ਸ਼ਹਾਦਤ ਹੈ ਉਹ ਵੀ ਕਦੇ ਮੰਗ ਲੈਣੀ ਚਾਹੀਦੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਅੱਜ ਜਿੰਨੇ ਵੀ ਲੋਕ ਮੇਰੇ ਸਮਰਥਨ ਦੇਣ ਵੱਲ ਲਈ ਆਏ ਹੈ ਮੈਂ ਉਹਨਾਂ ਦਾ ਧੰਨਵਾਦ ਤਾਂ ਕਰਨਾ ਹੀ ਹੈ ਪਰ ਮੈਨੂੰ ਐਂ ਲੱਗਦਾ ਸੀਗਾ ਕਿ ਜਿਹੜਾ ਕਈ ਵਾਰੀ ਕੋਈ ਮੈਨੂੰ ਕਹਿੰਦੇ ਆ ਲੋਕ ਕਿ ਤੁਸੀਂ ਫਲਾਨੇ ਬੰਦੇ ਨੂੰ ਫੋਨ ਕਰੋ ਫਲਾਨੇ ਬੰਦੇ ਨੂੰ ਫੋਨ ਕਰੋ ਪਰ ਮੈਨੂੰ ਲੱਗਦਾ ਹੈ ਕਿ ਜਿਹੜੇ ਮੇਰੇ ਸਿੱਖੀ ਦੇ ਪਰਨਾਏ ਹੋਏ ਜਥੇਬੰਦੀਆਂ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਮੈਂ ਫੋਨ ਕਰਾਂ ਮੈਨੂੰ ਪਹਿਲਾਂ ਹੀ ਲੱਗਦਾ ਹੈ ਕਿ ਉਹ ਤਾਂ ਪਹਿਲਾਂ ਹੀ ਮੇਰੇ ਸਮਰਥਨ ਵਿੱਚ ਹੈ ਮੈਂ ਉਹਨਾਂ ਨੂੰ ਕੀ ਫੋਨ ਕਰਨੇ ਆ ਅਤੇ ਮੈਂ ਤੁਹਾਨੂੰ ਅਖੀਰ ਦੇ ਵਿੱਚ ਇਹ ਕਹਿੰਦੇ ਹਾਂ ਇਹ ਜਿਹੜੀ ਜੰਗ ਹੈ ਇਹ ਮਨੁੱਖਤਾ ਦੇ ਭਲੇ ਲਈ ਜੰਗ ਸਰਦਾਰ ਜਸਵੰਤ ਸਿੰਘ ਨੇ ਵੀ ਇੱਕ ਸੱਚ ਤੋਂ ਪਰਦਾ ਲਾਉਣ ਦੇ ਲਈ ਇੱਕ ਚੈਲੇਂਜ ਸਰਕਾਰ ਨੂੰ ਕੀਤਾ ਸੀ ਸਟੇਟ ਨੂੰ ਕੀਤਾ ਸੀਗਾ ਔਰ ਬੜਾ ਟੈਕਨੀਕਲ ਪੁਆਇੰਟ ਉਹਨਾਂ ਨੇ ਫੜਿਆ ਸੀਗਾ ਕਿ ਜੇ ਤੁਸੀਂ ਸਾਨੂੰ ਚੁੱਕਿਆ ਹੈ ਮਾਰਿਆ ਹੈ ਚੋਰੀ ਸਾਡੇ ਸੰਸਕਾਰ ਕੀਤੇ ਹੈ ਔਰ ਉਸ ਤੋਂ ਬਾਅਦ ਤੁਸੀਂ ਸਾਰੀ ਕੌਮ ਨੂੰ ਲਾਵਾਰਸ ਕਹਿ ਦਿੱਤਾ ਅਤੇ ਹੁਣ ਆਓ ਆ ਕੇ ਸਾਡੇ ਡੈਥ ਸਰਟੀਫਿਕੇਟ ਤਾਂ ਦਿਓ ਇਹ ਇੱਕ ਟੈਕਨੀਕਲ ਘੇਰਾ ਪਾਇਆ ਸੀ ਉਹਨਾਂ ਨੇ ਸਰਕਾਰ ਨੂੰ ਕਿ ਹੁਣ ਸਾਡਾ ਜੋ ਤੁਸੀਂ ਕਰਨਾ ਸੀ ਤੁਸੀਂ ਕਰ ਲਿਆ ਹੁਣ ਸਾਨੂੰ ਸਾਡੀ ਕੇ ਮੌਤ ਦੇ ਸਰਟੀਫਿਕੇਟ ਦਿਓ ਇਹ ਚੈਲੇਂਜ ਸੀ ਅਤੇ ਸਰਕਾਰ ਕੋਲ ਕੋਈ ਜਵਾਬ ਨਹੀਂ ਸੀ ਇਸ ਗੱਲ ਦਾ ਕਿ ਅਸੀਂ ਹੁਣ ਇਹਨਾਂ ਨੂੰ ਡੈਥ ਸਰਟੀਫਿਕੇਟ ਕਿੱਥੋਂ ਦੇਵਾਂਗੇ ਜਦੋਂ ਅਸੀਂ ਪਹਿਲਾਂ ਹੀ ਇਹਨਾਂ ਨੂੰ ਲਾਵਾਰਸ ਕਰਾਰ ਦੇ ਚੁੱਕੇ ਹਾਂ ਅਤੇ ਅੱਜ ਇਹ ਜੰਗ ਜਿਹੜੀ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਸ਼ੁਰੂ ਕੀਤੀ ਸੀ ਉਹਨਾਂ ਲੋਕਾਂ ਦੇ ਹੱਕ ਵਿੱਚ ਜਿਨ੍ਹਾਂ ਦੇ ਬੱਚੇ ਨਜਾਇਜ਼ ਚੁੱਕ ਕੇ ਇਹਨਾਂ ਨੇ ਮਾਰੇ ਸੀਗੇ ਅਤੇ ਅੱਜ ਉਹ ਜੰਗ ਵੱਧਦੀ 25 ਸਾਲਾਂ ਤੋਂ ਬਾਅਦ ਮੈਨੂੰ ਲੱਗਦਾ ਹੈ ਇਹ ਇੱਕ ਵਾਹਿਗੁਰੂ ਵੱਲੋਂ ਇਸ਼ਾਰਾ ਹੋਇਆ ਪਰਮਾਤਮਾ ਵੱਲੋਂ ਇਸ਼ਾਰਾ ਹੋਇਆ ਕਿ ਇਸ ਜੰਗ ਨੂੰ ਫਿਰ ਜਿਹੜਾ ਸ਼ੁਰੂ ਕੀਤਾ ਜਾਵੇ ਕਿਉਂਕਿ ਜੋ ਰਵਾਇਤੀ ਪਾਰਟੀਆਂ ਦੋ ਰਵਾਇਤੀ ਪਾਰਟੀਆਂ ਉਹ ਤਾਂ ਇਸ ਚੀਜ਼ ਨੂੰ ਮੁੱਦਾ ਹੀ ਨਹੀਂ ਸਮਝਦੀਆਂ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਉਹ ਕੋਈ ਅਰਥ ਹੀ ਨਹੀਂ ਲੈਂਦੀਆਂ ਇਸ ਗੱਲ ਦਾ ਅਤੇ ਮੈਨੂੰ ਲੱਗਿਆ ਕਿ ਇਸ ਵਾਰੀ ਜੇ ਮੈਂ ਇਹ ਗੱਲ ਨਾ ਕੀਤੀ ਤਾਂ ਕਦੇ ਵੀ ਇਤਿਹਾਸ ਵਿੱਚ ਕਿਸੇ ਨੇ ਇਹ ਗੱਲ ਨਹੀਂ ਕਰਨੀ ਔਰ ਇਹ ਇਤਿਹਾਸ ਦਾ ਜਿਹੜਾ ਪੰਨਾ ਹੈ ਇਹ ਸਾਡਾ ਜਿਹੜਾ ਨੌਜਵਾਨ ਤਬਕਾ ਇਹ ਬਿਨਾਂ ਪੜ੍ਹਿਆ ਹੀ ਇਹਨਾਂ ਨੇ ਛੱਡ ਜਾਣਾ ਅਤੇ ਅੱਜ ਜਦੋਂ ਡੇਢ ਮਹੀਨੇ ਤੋਂ ਅਸੀਂ ਇਹ ਪ੍ਰਚਾਰ ਕਰ ਰਹੇ ਹਾਂ ਅਤੇ ਇੱਕ ਇੱਕ ਬੱਚੇ ਦੀ ਜ਼ਬਾਨ 'ਤੇ ਇੱਕ ਇੱਕ ਮਨੁੱਖ ਦੀ ਜ਼ਬਾਨ 'ਤੇ ਦੁਨੀਆ ਭਰ ਦੇ ਵਿੱਚ ਇੱਕ ਮੂਵਮੈਂਟ ਬਣ ਗਈ ਹੈ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਨੇ 25,000 ਲਾਵਾਰਸ ਲਾਸ਼ਾਂ ਤੋਂ ਪਰਦਾ ਲਾਇਆ ਸੀ ਔਰ ਬੇਸ਼ੱਕ ਉਹਨਾਂ ਨੂੰ ਸ਼ਹਾਦਤ ਦੇਣੀ ਪਈ ਪਰ ਇਹ ਉਸ ਵੇਲੇ ਦੀ ਲੋੜ ਸੀ
ਜੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨਾ ਹੁੰਦੀ ਤਾਂ ਹਜ਼ਾਰਾਂ ਬੱਚੇ ਜਿਹੜੇ ਉਹ ਹੋਰ ਮਾਰੇ ਜਾਣੇ ਸੀਗੇ। ਅਤੇ ਮੈਨੂੰ ਯਾਦ ਹੈ ਕਿ 6 ਸਤੰਬਰ 1995 ਤੋਂ ਬਾਅਦ ਇੱਕ ਵੀ ਜਿਹੜਾ ਝੂਠਾ ਪੁਲਿਸ ਮੁਕਾਬਲਾ ਉਹ ਨਹੀਂ ਹੋਇਆ। ਇਹ ਸਰਕਾਰ ਉਸ ਵੇਲੇ ਡਿਫੈਂਸ ਵਿੱਚ ਆ ਗਈ ਅਤੇ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਨਾ ਇਹ ਸਾਨੂੰ ਲੋਕ ਇਹ ਚਾਹੀਦੇ ਸੀ, ਨਾ ਜਸਵੰਤ ਸਿੰਘ ਖਾਲੜਾ ਸਾਨੂੰ ਚਾਹੀਦਾ ਸੀ, ਨਾ ਅਸੀਂ ਲੈ ਕੇ ਆਏ। ਆਪਾਂ ਹੁਣ ਮੁੱਦੇ 'ਤੇ ਆਉਂਦੇ ਹਾਂ। ਆਪਾਂ ਇਹ ਸਾਰੀ ਲੜਾਈ ਹੈ ਜਿਹੜੀ ਉਹ ਹਥਿਆਰਾਂ ਨਾਲ ਵੀ ਲੜੀ ਹੈ, ਆਪਾਂ ਕਲਮ ਨਾਲ ਵੀ ਲੜੀ ਹੈ, ਆਪਾਂ ਕਾਨੂੰਨ ਨਾਲ ਵੀ ਲੜੀ ਹੈ, ਅਤੇ ਹੁਣ ਜਿਹੜੀ ਲੜਾਈ ਆਪਾਂ ਇੱਕ ਵੋਟ ਨਾਲ ਲੜਨ ਜਾ ਰਹੇ ਹਾਂ। ਹੁਣ ਜਿਹੜਾ ਆਪਣੀ ਪਰਖ ਦੀ ਘੜੀ ਆ, ਆਪਣੀ ਅਕਲ ਪਰਖੀ ਜਾਣੀ ਹੈ ਇਸ ਵੇਲੇ। ਜਿਹੜੀ ਹਥਿਆਰਾਂ ਦੀ ਲੜਾਈ ਉਹ ਵੀ ਕੁਝ ਲੋਕਾਂ ਨੇ ਲੜੀ ਹੈ, ਜਿਹੜੀ ਕਲਮ ਦੀ ਕਾਨੂੰਨ ਦੀ ਲੜਾਈ ਆ ਉਹ ਵੀ ਥੋੜ੍ਹੇ ਲੋਕਾਂ ਨੇ ਲੜੀ ਆ, ਪਰ ਜਿਹੜੀ ਆ ਵੋਟ ਦੀ ਲੜਾਈ ਆ ਨਾ, ਇੱਕ ਵੋਟਰ ਨੇ ਲੜਨੀ ਹੈ। ਔਰ ਇਹਦਾ ਜੋ ਵੀ ਰਿਜ਼ਲਟ ਆਉਣਾ ਹੈ ਉਹ ਸਾਰੀ ਦੁਨੀਆ ਨੇ ਵੇਖਣਾ। ਅੱਜ ਇਸ ਖਡੂਰ ਸਾਹਿਬ ਦੀ ਸੀਟ 'ਤੇ ਜਿਹੜੀ ਨਿਗਾਹ ਹੈ ਨਾ, ਉਹ ਸਾਰੀ ਦੁਨੀਆ ਦੀ ਟਿਕੀ ਹੋਈ ਹੈ। ਭਾਵੇਂ ਕੋਈ ਵੀ ਕਮਿਊਨਿਟੀ ਹੋਵੇ, ਮੈਨੂੰ ਪਤਾ ਹੈ ਜਿਹੜੇ ਡਿਵੈਲਪਡ ਕੰਟਰੀ ਆ ਉਹ ਵੀ ਸਰਦਾਰ ਜਸਵੰਤ ਸਿੰਘ ਦੇ ਕੰਮ ਨੂੰ ਮਾਨਤਾ ਦੇ ਰਹੇ ਆ। ਔਰ ਉਹਨਾਂ ਦੇ ਨਾਂ 'ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਾਰਕ ਬਣੇ ਆ, ਸਕੂਲ ਬਣ ਰਹੇ ਉਹਨਾਂ ਦੇ ਨਾਂ 'ਤੇ। ਉਹਨਾਂ ਨੂੰ ਵੀ ਪਤਾ ਹੈ ਕਿ ਜਸਵੰਤ ਸਿੰਘ ਖਾਲੜਾ ਸਿੱਖ ਕੌਮ ਦਾ ਇੱਕ ਮਸੀਹਾ ਹੈ ਜਿਹਨੇ ਜ਼ੁਲਮ ਨੂੰ ਠੱਲ ਪਾਈ ਸੀ। ਅਤੇ ਇਮਤਿਹਾਨ ਹੁਣ ਆਪਣਾ ਸਾਰਿਆਂ ਦਾ ਹੈ, ਮੈਂ ਇਹ ਨਹੀਂ ਕਹਿੰਦੀ ਕਿ ਮੇਰਾ ਨਹੀਂ, ਸਾਰਿਆਂ ਦਾ ਹੈ, ਕਿਉਂਕਿ ਮੈਂ ਇਸ ਚੋਣ ਮੁਹਿੰਮ ਦੇ ਵਿੱਚ ਆ ਕੇ ਤੁਹਾਨੂੰ ਵੀ ਆਪਣੇ ਬਰਾਬਰ ਖੜ੍ਹਾ ਕਰ ਲਿਆ ਕਿ ਮੈਨੂੰ ਵੋਟ ਪਾਓ। ਵੋਟ 'ਤੇ ਜਿਹੜੀ ਹਮੇਸ਼ਾ ਮੰਗੀ ਜਾਂਦੀ ਆ, ਪਰ ਮੈਨੂੰ ਲੱਗਦਾ ਮੈਨੂੰ ਇੰਨਾ ਸਮਰਥਨ ਮਿਲ ਰਿਹਾ ਕਿ ਕੋਈ ਵੀ ਜਥੇਬੰਦੀ ਨਹੀਂ ਬਚੀ। ਜਿਹੜੀਆਂ ਸਿੱਖ ਸੰਸਥਾਵਾਂ ਉਹਨਾਂ ਨੇ ਤਾਂ ਆਪਣੀ ਮੋਰਲ ਡਿਊਟੀ ਸਮਝ ਕੇ ਅੱਜ ਇੱਕ ਜਿਹੜਾ ਪ੍ਰੋਗਰਾਮ ਵੀ ਰੱਖਿਆ ਕਿ ਅਸੀਂ ਸਮਰਥਨ ਦੇਣਾ ਚਾਹੁੰਦੇ ਹਾਂ। ਪਰ ਜਿਹੜੀਆਂ ਦੂਜੀਆਂ ਜਥੇਬੰਦੀਆਂ ਉਹਨਾਂ ਨੇ ਵੀ, ਜਿਵੇਂ ਕਿਸਾਨ ਯੂਨੀਅਨ ਹੈ ਜਾਂ ਸਾਡੀਆਂ ਸੈਨਿਕਾਂ ਦੀਆਂ ਰਿਟਾਇਰਡ ਜਿਹੜੇ ਫੌਜੀ ਆ ਉਹਨਾਂ ਦੀਆਂ ਯੂਨੀਅਨ ਹੈ, ਸਾਰੀਆਂ ਆਪਣੋ ਆਪਣਾ ਸਮਰਥਨ ਜਿਹੜਾ ਸਾਨੂੰ ਦੇ ਰਹੀਆਂ। ਅਤੇ ਮੈਂ ਅਖੀਰ ਦੇ ਵਿੱਚ ਬੇਨਤੀ ਕਰਨੀ ਹੈ, ਇਹ ਵੋਟਾਂ ਦਾ ਮਸਲਾ ਮੈਨੂੰ ਲੱਗਦਾ ਇੱਥੇ ਨਹੀਂ ਕਰਨਾ ਚਾਹੀਦਾ, ਪਰ ਫਿਰ ਵੀ ਤੁਸੀਂ ਅੱਗੇ ਪ੍ਰਚਾਰ ਕਰਨਾ ਹੈ, ਇਹੋ ਹੀ ਪ੍ਰਚਾਰ ਕਰਨਾ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਦਿਓ, ਸਮਰਥਨ ਦਿਓ ਜਾਂ ਤੁਸੀਂ ਉਹਨੂੰ ਵੋਟ ਦਿਓ। ਅਤੇ ਉਹਦੇ ਵਿੱਚ ਜ਼ਰੂਰੀ ਹੈ ਕਿ ਮੇਰੇ ਚੋਣ ਨਿਸ਼ਾਨ ਜਿਹੜਾ ਕਿ ਚਾਬੀ ਹੈ ਔਰ ਮਸ਼ੀਨ ਦੇ ਉੱਤੇ ਉਹਦਾ 8 ਨੰਬਰ ਹੈ, ਮੇਰਾ ਨਾਂ ਵੀ ਪਰਮਜੀਤ ਕੌਰ ਖਾਲੜਾ ਉੱਥੇ ਲਿਖਿਆ ਹੋਣਾ। ਅਤੇ ਮੈਂ ਇਹੋ ਹੀ ਬੇਨਤੀ ਕਰਦੀ ਹਾਂ, ਜਿੰਨੇ ਵੀ ਪ੍ਰਚਾਰਕ ਮੇਰੇ ਵੀਰ ਆਏ ਹੈ, ਜਿੰਨੀਆਂ ਵੀ ਸੰਸਥਾਵਾਂ ਆਈਆਂ, ਜਦੋਂ ਉਹਨਾਂ ਨੇ ਚੋਣ ਪ੍ਰਚਾਰ ਲਈ ਤੁਰਨਾ ਹੈ ਅਤੇ ਮਨੁੱਖਤਾ ਦੇ ਨਾਮ 'ਤੇ ਹੀ ਇਹ ਜਿਹੜੀ ਵੋਟ ਮੰਗਣੀ ਹੈ। ਆਪਾਂ ਨਾ ਕਿਸੇ ਨੂੰ ਲਾਲਚ ਦੇ ਸਕਦੇ ਹਾਂ, ਨਾ ਉਹਨਾਂ ਰਵਾਇਤੀ ਪਾਰਟੀਆਂ ਵਾਂਗੂ ਚੋਣ ਲੜ ਸਕਦੇ ਹਾਂ। ਆਪਾਂ ਹੱਕ ਸੱਚ ਦੀ ਲੜਾਈ ਜਿਹੜੀ ਲੜਨੀ ਹੈ ਔਰ ਲੜ ਰਹੇ ਹਾਂ, ਅਤੇ ਮੈਨੂੰ ਲੱਗਦਾ ਹੈ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਜ਼ਰੂਰ ਇਸ ਵਾਰ ਜਿੱਤ ਪ੍ਰਾਪਤ ਕਰਾਂਗੇ, ਕਿਉਂਕਿ ਇਹ ਜਿਹੜੀ ਮਨੁੱਖਤਾ ਦੀ ਲੜਾਈ ਹੈ ਸਾਰੇ ਮਨੁੱਖ ਲੜ ਰਹੇ ਹੈ। ਇਹਦੇ ਵਿੱਚ ਨਾ ਕੋਈ ਜਾਤ ਪਾਤ, ਨਾ ਕੋਈ ਪਾਰਟੀਬਾਜ਼ੀ, ਨਾ ਕੋਈ ਅਕਾਲੀ, ਨਾ ਕੋਈ ਕਾਂਗਰਸੀ। ਸਾਰਿਆਂ ਨੂੰ ਇਹੋ ਹੀ ਅਪੀਲ ਕਰਨੀ ਹੈ ਅਸੀਂ ਰਲ ਮਿਲ ਕੇ ਕਿ ਇਹ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਔਰ ਇੱਕ ਕੌਮ ਨਾਲ ਵਾਪਰਿਆ ਇੱਕ ਬਹੁਤ ਜ਼ਿਆਦਾ ਵਿਸ਼ਵਾਸਘਾਤ ਜਿਹੜਾ ਹੋਇਆ ਉਸ ਨੂੰ ਨੰਗਿਆਂ ਕਰਨ ਦੇ ਲਈ ਇਹ ਲੜਾਈ ਹੈ, ਅਤੇ ਆਪਾਂ ਰਲ ਮਿਲ ਕੇ ਇਹ ਲੜਾਈ ਜਿੱਤਣੀ ਹੈ। ਅਖੀਰ ਦੇ ਵਿੱਚ ਮੈਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦੀ ਹਾਂ ਕਿ ਇਸ ਚੋਣ ਮੁਹਿੰਮ ਦਾ ਹੁਣ ਹਿੱਸਾ ਬਣੋ, ਆਪਣੀ ਆਪਣੀ ਜ਼ਿੰਮੇਵਾਰੀ ਸਮਝੋ। ਔਰ ਮੇਰੀ ਇਹ ਚੋਣ ਮੁਹਿੰਮ ਨਹੀਂ, ਸਾਰੇ ਲੋਕਾਂ ਦੀ ਜਿਹੜੇ ਅੱਜ ਬੈਠੇ ਆ, ਜਿੰਨੀਆਂ ਜਥੇਬੰਦੀਆਂ, ਸਾਰਿਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਆਪਾਂ ਰਲ ਮਿਲ ਕੇ ਇਸ ਚੋਣ ਨੂੰ ਫਤਿਹ ਕਰੀਏ। ਅਖੀਰ ਦੇ ਵਿੱਚ ਮੈਂ ਸਾਰੇ ਜੇ ਬੱਚੇ ਆਏ ਆ, ਜਿਹੜੇ ਕੀਰਤਨ ਵਾਲੇ ਬੱਚੇ ਆਏ ਆ ਜਾਂ ਜਿਹੜੇ ਸਮਰਪਿਤ ਹੋ ਕੇ ਕੌਮ ਨੂੰ ਚੱਲ ਰਹੇ ਆ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਅੱਜ 30 ਨੌਜਵਾਨ ਸਿੱਖ ਜਥੇਬੰਦੀਆਂ ਦੇ ਗੱਠਜੋੜ ਅਲਾਇੰਸ ਆਫ ਸਿੱਖ ਔਰਗੇਨਾਈਜੇਸ਼ਨਸ ਅਤੇ ਉਹਨਾਂ ਤੋਂ ਇਲਾਵਾ 20 ਦੇ ਕਰੀਬ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਅੱਜ ਇੱਥੇ ਹਾਜ਼ਰ ਹੋਏ ਔਰ ਉਹਨਾਂ ਦੇ ਵਿੱਚੋਂ ਪ੍ਰਮੁੱਖ ਜਿਹੜੀਆਂ ਸ਼ਖਸੀਅਤਾਂ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਹੁਣ ਬੀਬੀ ਜੀ ਦਾ ਸਨਮਾਨ ਹੋਣਾ ਅਤੇ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਅਸੀਂ ਗੁਰੂ ਘਰ ਦੀ ਬਖਸ਼ਿਸ਼ ਜਿਹੜੀ ਹੈ ਸਿਰੋਪਾਓ ਉਹ ਬੀਬੀ ਜੀ ਨੂੰ ਭੇਟ ਕਰਨਾ। ਸੋ ਮੈਂ ਬੇਨਤੀ ਕਰਾਂਗਾ ਸਟੇਜ 'ਤੇ ਆਉਣ ਲਈ ਸਰਦਾਰ ਰਵਿੰਦਰ ਸਿੰਘ ਜੀ ਬ੍ਰਹਮਪੁਰਾ ਸਾਹਿਬ ਟਕਸਾਲੀ ਅਕਾਲੀ ਦਲ ਅਤੇ MLA ਖਡੂਰ ਸਾਹਿਬ
ਜਿਨ੍ਹਾਂ ਨੇ ਇੱਕ ਬਹੁਤ ਵੱਡਾ ਫੈਸਲਾ ਲੈਂਦਿਆਂ ਮੁੜ ਤੋਂ ਪੰਜਾਬ ਦੇ ਵਿੱਚ ਪੰਥਕ ਰਾਜਨੀਤੀ ਦਾ ਪਿੜ ਬੰਨਿਆ, ਔਰ ਇੱਕ ਬੜਾ ਉਹੋ ਜਿਹਾ ਫੈਸਲਾ ਲਿਆ ਜਿਹਨਾਂ ਦੀ ਜਿਸਦੀ ਉਮੀਦ ਪੂਰੀ ਦੁਨੀਆ ਦੇ ਵਿੱਚ ਬੈਠੇ ਸਿੱਖ ਉਹਨਾਂ ਤੋਂ ਕਰ ਰਹੇ ਸੀ। ਸੋ ਨਾਲ ਸਰਦਾਰ ਜਗਜੀਤ ਸਿੰਘ ਗਾਬਾ ਜੀ, ਸਰਦਾਰ ਬਲਦੇਵ ਸਿੰਘ ਸਰਸਾ ਜੀ, ਸਰਦਾਰ ਖੁਸ਼ਹਾਲ ਸਿੰਘ ਜੀ, ਸਰਦਾਰ ਗੁਰਬਚਨ ਸਿੰਘ ਜੀ, ਸਰਦਾਰ ਦਵਿੰਦਰ ਸਿੰਘ ਸੇਖੋ ਜੀ, ਆਪ ਸਭਨਾਂ ਨੂੰ ਬੇਨਤੀ ਹੈ। ਅਤੇ ਅੱਜ ਦਾ ਪ੍ਰੋਗਰਾਮ ਜਿਹੜਾ ਦਰਬਾਰੇ ਖਾਲਸਾ ਅਤੇ ਅਲਾਇੰਸ ਆਫ ਸਿੱਖ ਔਰਗੇਨਾਈਜੇਸ਼ਨ ਵੱਲੋਂ ਸਾਂਝੇ ਰੂਪ 'ਚ ਕਰਵਾਇਆ ਗਿਆ, ਮੈਂ ਬੇਨਤੀ ਕਰਾਂਗਾ ਦਰਬਾਰੇ ਖਾਲਸਾ ਦੇ ਮੁਖੀ ਸਰਦਾਰ ਹਰਜਿੰਦਰ ਸਿੰਘ ਮਾਝੀ ਜੀ ਉਹ ਸਟੇਜ 'ਤੇ ਆਉਣ, ਨਾਲ ਹੀ ਕੋਰ ਟੀਮ ਅਲਾਇੰਸ ਦੇ ਜਿਹੜੀ ਕੋਰ ਟੀਮ ਦੇ ਮੈਂਬਰ ਨੇ ਵੀਰ ਪਰਮਵੀਰ ਸਿੰਘ ਜੀ, ਪਰਮਪਾਲ ਸਿੰਘ ਜੀ, ਸਰਦਾਰ ਹਰਪ੍ਰੀਤ ਸਿੰਘ ਸੋਢੀ ਜੀ, ਅਤੇ ਮਾਫ਼ੀ ਚਾਹੁੰਦੇ ਹਾਂ ਸਰਦਾਰ ਨਰਾਇਣ ਸਿੰਘ ਚੌੜਾ ਜੀ, ਥੋੜ੍ਹਾ ਦੇਰੀ ਨਾ ਆਉਣ ਕਰਕੇ ਮੈਂ ਨਾਂ ਵੀ ਨਹੀਂ ਲੈ ਸਕਿਆ ਚੰਗੀ ਤਰ੍ਹਾਂ, ਉਹਨਾਂ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਸਟੇਜ 'ਤੇ ਆਉਣ। ਬਹੁਤ ਸਾਰੇ ਸ਼ਹੀਦਾਂ ਨੂੰ ਜਿੱਥੇ ਯਾਦ ਰੱਖਿਆ ਜਾ ਰਿਹਾ, ਪਰ ਸ਼ਹੀਦਾਂ ਵਰਗੀ ਜ਼ਿੰਦਗੀ ਜੀਣ ਵਾਲੇ ਇਹੋ ਜਿਹੀਆਂ ਸ਼ਖਸੀਅਤਾਂ ਸਾਡੇ ਕੌਮ ਦੇ ਨੌਜਵਾਨਾਂ ਦੇ ਜ਼ਿਹਨ 'ਚੋਂ ਵਿਸਰਦੀਆਂ ਜਾ ਰਹੀਆਂ ਨੇ। ਨਾਲ ਜੁਗਰਾਜ ਸਿੰਘ ਢੱਡਰੀਆ ਜੀ, ਬੇਨਤੀ ਹੈ ਕਿਰਪਾ ਕਰਕੇ ਸਟੇਜ 'ਤੇ ਆਓ। ਸਰਦਾਰ ਜਸਵਿੰਦਰ ਸਿੰਘ ਆਨੰਦ ਜੀ, ਕਿਉਂਕਿ ਸਾਰੇ ਜਥੇਬੰਦੀਆਂ ਨੇ ਜਿਹੜੀਆਂ ਮੁੱਖ ਸ਼ਖਸੀਅਤਾਂ ਨੇ ਉਹਨਾਂ ਨੇ ਸਾਂਝੇ ਰੂਪ ਦੇ ਵਿੱਚ ਇਸ ਸਰੋਪਾ ਦੇ ਜ਼ਰੀਏ ਹੀ ਬੀਬੀ ਜੀ ਨੂੰ ਸਮਰਥਨ ਦਾ ਐਲਾਨ ਜਿਹੜਾ ਕਰਨਾ, ਜਿਹੜਾ ਕੱਲ੍ਹ ਦੀਆਂ ਅਖਬਾਰਾਂ ਰਾਹੀਂ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਣਾ। ਸੋ ਕਿਰਪਾ ਕਰਕੇ ਕੋਈ ਵੀ ਜਿਹੜੇ ਇੰਪੋਰਟੈਂਟ ਵੀਰ ਨੇ ਉਹ ਥੱਲੇ ਨਾ ਰਹਿਣ। ਵੀਰ ਗੁਰਸਾਹਿਬ ਸਿੰਘ ਜੀ, ਕਿਰਪਾ ਕਰਕੇ ਜਲਦੀ ਸਟੇਜ 'ਤੇ ਆ ਜਾਣ। ਮੈਂ ਮਾਈਕ ਸਾਈਡ ਤੇ ਹਾਂਜੀ, ਮੈਂ ਬੇਨਤੀ ਕਰਦਾ ਵਾਂ ਵੀਰ ਪਰਮਪਾਲ ਸਿੰਘ ਜੀ ਨੂੰ ਵੀ ਉਹ ਅਲਾਇੰਸ ਆਫ ਸਿੱਖ ਔਰਗੇਨਾਈਜੇਸ਼ਨ ਵੱਲੋਂ ਅਤੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਦਰਬਾਰੇ ਖਾਲਸਾ ਵੱਲੋਂ ਵੀਰ ਹਰਜਿੰਦਰ ਸਿੰਘ ਜੀ ਮਾਝੀ, ਬੀਬੀ ਪਰਮਜੀਤ ਕੌਰ ਖਾਲੜਾ ਜੀ ਦਾ ਸਨਮਾਨ ਕਰਦੇ, ਬੋਲੇ ਸੋ ਨਿਹਾਲ। ਬੀਬੀ ਪਰਮਜੀਤ ਕੌਰ ਖਾਲੜਾ ਜੀ ਦਾ ਚੋਣ ਨਿਸ਼ਾਨ ਚਾਬੀ ਹੈ, ਅਤੇ ਜਿਵੇਂ ਉਹਨਾਂ ਦੱਸਿਆ ਕਿ ਉਸ ਮਸ਼ੀਨ ਦੇ ਉੱਤੇ 8ਵਾਂ ਨੰਬਰ ਹੈ ਉਹਨਾਂ ਦਾ, ਆਪਾਂ ਸਾਰਿਆਂ ਨੇ ਧਿਆਨ ਰੱਖਣਾ ਹੈ ਕਿ ਚਾਬੀ ਵਾਲਾ ਚੋਣ ਨਿਸ਼ਾਨ ਬਟਨ ਨੱਪ ਕੇ ਅਤੇ ਅਸੀਂ ਆਪਣੇ ਸੁਹਿਰਦ ਹੋਣ ਦਾ, ਗੁਰੂ ਪ੍ਰਤੀ ਸਮਰਪਿਤ ਹੋਣ ਦਾ ਅਤੇ ਉਹਨਾਂ ਦੀ ਸ਼ਹਾਦਤ ਦਾ ਅਸੀਂ ਸਿਜਦਾ ਕਰਨਾ ਹੈ ਉਹਨਾਂ ਨੂੰ ਚਾਬੀ ਵਾਲਾ ਬਟਨ ਨੱਪ ਕੇ। ਸਮਰਥਨ ਰੂਪ ਦੇ ਵਿੱਚ ਸਮੂਹ ਸੰਗਤਾਂ ਜੋ ਥੱਲੇ ਬੈਠੀਆਂ ਨੇ ਉਹ ਵੀ ਜਕਾਰੇ ਦੇ ਰੂਪ ਦੇ ਵਿੱਚ ਆਪਣੇ ਦੋਵੇਂ ਬਾਹਾਂ ਉੱਪਰ ਕਰਕੇ ਬੀਬੀ ਨੂੰ ਸਮਰਥਨ ਦੇਣਗੇ, ਬੋਲੇ ਸੋ ਨਿਹਾਲ। ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ।